ਹੁਣ ਜ਼ੋਰ ਲਾ ਕੇ ਤੇਰੀ ਐਡਵਰਡ ਦਾ ਕਮੈਂਟ ਯੂ ਇੰਡੋ ਕੈਨੇਡੀਅਨਸ ਆਰ ਦਾ ਰੀਜ਼ਨ ਦੈਟ ਡਰਾਈਵਰ ਵੇਜਿਸ ਆਰ ਸੋ ਲੋ ਇਟਸ ਇੰਡੀਅਨ ਹੂ ਆਰ ਟੂ ਬਲੇਮ ਫੋਰ ਲੋ ਵੇਜਿਸ ਸੁਖਵਿੰਦਰ ਸਿੰਘ ਕਿਉਂ ਦਿਮਾਗ ਖਰਾਬ ਕਰਨ ਲੱਗੇ ਹੋ ਲੋਕਾਂ ਦਾ ਵਾਧੂ ਪੈਸੇ ਵਾਧੂ ਪੈਸੇ ਆ ਬੈਡਾ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਹੈਗੀ ਹੈ ਆਪਣੀ ਟਰੱਕ ਦੇ ਇੰਟੀਰੀਅਰ 'ਤੇ ਹੁਣ ਮੈਂ ਬਾਹਰ ਆਉਣਾ ਮੈਂ ਤਾਂ ਨਿਕਲਿਆ ਗੱਡੀ 'ਚੋਂ ਬਾਹਰ ਕਿਉਂਕਿ ਆਪਣੀ ਗੱਡੀ ਦਾ ਉਹ ਲੋਕ ਟੁੱਟ ਗਿਆ ਬਾਹਰਲਾ ਤਾਂ ਕਰਕੇ ਮੈਨੂੰ ਆਏ ਐਂਟਰੀ ਮਾਰਨੀ ਪਈ ਐਕਚੁਲੀ ਪਤਾ ਕੀ ਹੋਇਆ ਮੈਂ ਨਾ ਉਹ ਟਰੱਕ ਖੜਾ ਕੇ ਗਿਆ ਸੀਗਾ ਉਹਦਾ ਉਹਦੀ ਬੈਟਰੀ ਹੋ ਗਈ ਡਾਊਨ ਗੱਡੀ ਨਾਲ ਟਰੱਕ ਨੂੰ ਪਾਵਰ ਦੇਣੀ ਹੈ ਅਤੇ ਅਸੀਂ ਫਿਰ ਸਟਾਰਟ ਕਰਦੇ ਹਾਂ ਟਰੱਕ ਬੰਦ ਇਸ ਕਰਕੇ ਹੋ ਗਿਆ ਕਿਉਂਕਿ ਮੈਂ ਉਹਨੂੰ ਚੱਲਦਾ ਛੱਡ ਗਿਆ ਸੀਗਾ ਜਿਹੜੇ ਮਗਰਲੇ ਬੰਕ ਵਾਲੇ ਪੱਖੇ ਹੁੰਦੇ ਆ ਆਉਣ ਦੇ ਹੋਰ ਲਿਆ ਆਹ ਟਰੱਕ ਹੈ ਜੀ ਇਹਨੂੰ ਸਟਾਰਟ ਕਰਨਾ ਇਹ ਟਰੱਕ ਹੈਗਾ ਰਾਈਟ ਲਾਈਨਰ ਇਹ ਸੈਂਚਰੀ ਆ ਅਤੇ ਇਹਨੂੰ ਸਟਾਰਟ ਕਰਦੇ ਆਪਾਂ ਸੱਚ ਲਾਈ ਸੀ ਉਹਨੇ ਤੇ ਆਹ ਦੇਖੋ ਜੀ ਇਹਦਾ ਮਤਲਬ ਨਹੀਂ ਚੱਲਦਾ ਹੁਣ ਆਪਾਂ ਗਲਵਜ਼ ਪਾਲੀਏ ਨਹੀਂ ਤਾਂ ਹੱਥ ਕਹਿੰਦੇ ਹੋ ਜਾਣੇ ਆ ਵਿਹਲਾ ਹੋ ਕੰਮਾਂ ਤੋਂ ਘਰ ਆ ਜਦ ਬੈਠਾ ਮੈਂ ਧੰਦੇ ਤਾਂ ਮੁੱਕਦੇ ਨਹੀਂ ਖਿਜਿਆ ਜਿਹਾ ਬੈਠਾ ਮੈਂ ਬੰਦ ਕਰਕੇ ਟੀ ਵੀ ਨੂੰ ਇੱਕ ਹਾੜਾ ਜੜ ਬੈਠਾ ਮੈਂ ਆਏ ਹਾਏ ਕਿਆ ਬਾਤ ਵਿਹਲਾ ਹੋ ਕੰਮਾਂ ਤੋਂ ਟਰੱਕ 'ਤੇ ਆ ਬੈਠਾ ਮੈਂ ਧੰਦੇ ਤਾਂ ਮੁੱਕਦੇ ਨਹੀਂ ਖਿਜਿਆ ਜਿਹਾ ਬੈਠਾ ਮੈਂ ਬੰਦ ਕਰਕੇ ਟਰੱਕ ਨੂੰ ਇੱਕ ਹਾੜਾ ਜੜ ਬੈਠਾ ਮੈਂ ਉਹ ਟਰੱਕਾ ਤੂੰ ਬੰਦ ਕਾਤੋਂ ਹੋ ਜਾਣਾ ਡੇਲੀ ਓਏ ਟਰੱਕ ਮੈਨੂੰ ਕਹਿੰਦਾ ਮਿੱਠਿਆ ਛੱਡ ਜਾਣਾ ਚੱਲਦੇ ਨੂੰ ਆ ਜਾਓ ਫਿਰ ਆਪਾਂ ਟਰੱਕ ਸਟਾਰਟ ਕਰਦੇ ਹਾਂ ਬੱਲੇ ਇਹਦਾ ਆ ਹੁੱਡ ਇਹਨੂੰ ਖੋਲਦੇ ਆਪਾਂ ਇਹਨੂੰ ਥੱਲੇ ਕਰ ਦੇ ਆ ਤਾਂ ਹੋ ਗਿਆ ਇਹਨੂੰ ਥੱਲੇ ਕਰ ਦੋ ਆ ਤਾਂ ਹੋ ਗਿਆ ਹੁਣ ਜ਼ੋਰ ਲਾ ਕੇ ਤੇਰੀ ਚੱਕ ਦੋ ਇਹਨੂੰ ਜਿਹੜਾ ਬੂਸਟਰ ਵਾਲਾ ਆਪਾਂ ਗੱਡੀ ਨਾਲ ਕਨੈਕਟ ਕਰ ਦੇਣਾ ਅਤੇ ਗੱਡੀ ਦਾ ਫੋਟੋ ਖੋਲੀ ਮੇਰੇ ਜਿਹੜਾ ਮੇਰੀ ਗੱਡੀ 'ਤੇ ਕੀ ਪ੍ਰੋਬਲਮ ਮੈਂ ਜਿਹੜਾ ਆਉਣਾ ਖੁੱਲ੍ਹਦਾ ਨਹੀਂ ਆ ਦੇਖੋ ਆਹ ਲੋਕ ਵੀ ਖੁੱਲ੍ਹਾ ਆਪਣਾ ਇਹਦਾ ਅਤੇ ਆਹ ਨਹੀਂ ਖੁੱਲ੍ਹਦਾ ਪ੍ਰੋਬਲਮ ਇਹਦੇ 'ਚ ਆ ਆਹ ਹੈਂਡਲ ਖਰਾਬ ਕਰਤਾ ਆਪਾਂ ਇਹ ਹੁਣ ਫਿਕਸ ਕਰਾਵਾਂਗੇ ਕੋਈ ਨਹੀਂ ਲਾਲ ਨਾਲ ਕਨੈਕਟ ਕਰਨਾ ਹੁੰਦਾ ਆਇਓ ਜੇ ਤੁਸੀਂ ਡੇਰੀ ਕੁਈਨ ਦੀ ਆਈਸਕ੍ਰੀਮ ਖਾਣੀ ਆ ਬੜੀ ਲਜ਼ੀਜ਼ ਹੁੰਦੀ ਹੈ ਇਹ ਜਿਹੜੀ ਮੈਂ ਕੱਲ੍ਹ ਵੀਡੀਓ ਪਾਈ ਆ ਉਹਦੇ ਵੀ ਰਿਪਲਾਈ ਕਰ ਦਿੰਦੇ ਆਪਾਂ ਟੋਪ ਕਮੈਂਟ ਕੱਢ ਲਓ ਜਿਮ ਕਲਾਸ ਬੋਇਜ਼ ਆਈ ਹੋਪ ਕਿ ਤੁਸੀਂ ਠੀਕ ਠਾਕ ਹੋਵੋਗੇ ਅਤੇ ਤੁਸੀਂ ਆਪਦਾ ਜਿਮ ਬਹੁਤ ਹੀ ਵਧੀਆ ਤਰੀਕੇ ਨਾਲ ਲਾਉਂਦੇ ਹੋਵੋਗੇ ਅਤੇ ਤੁਹਾਡਾ ਕਮੈਂਟ ਆਇਆ ਵੀ ਆਲ ਵਿਊਅਰਸ ਕਾਂਟ ਅੰਡਰਸਟੈਂਡ ਪੰਜਾਬੀ ਲੈਂਗੁਏਜ ਮੈਂ ਕੋਸ਼ਿਸ਼ ਕਰੂੰਗਾ ਸਬ ਟਾਈਟਲ ਜਿਹੜੀ ਕੋਈ ਇਨਫੋਰਮੇਟਿਵ ਵੀਡੀਓ ਹੁੰਦੀ ਆ ਉਹਦੇ ਸਬ ਟਾਈਟਲ ਦੇ ਦੇਣੀ ਇੰਗਲਿਸ਼ ਦੇ ਦਾਂਗੇ ਇੰਗਲਿਸ਼ ਤਾਂ ਸਮਝ ਆ ਹੀ ਜਾਂਦੀ ਹੈ ਇੰਟਰਨੈਸ਼ਨਲ ਲੈਂਗੁਏਜ ਤਾਂ ਤੁਹਾਡੇ ਵਾਸਤੇ ਮੈਂ ਜਿਹੜੀ ਇਨਫੋਰਮੇਟਿਵ ਵੀਡੀਓ ਹੋਇਆ ਕਰੂੰਗੀ ਉਹ ਥੱਲੇ ਸਬ ਟਾਈਟਲ ਆ ਜਾਇਆ ਕਰਨਗੇ ਹਿੰਦੀ ਮੈਨੂੰ ਬਹੁਤ ਜ਼ਿਆਦਾ ਵਧੀਆ ਨਹੀਂ ਆਉਂਦੀ ਆਪਾਂ ਨੂੰ ਪੰਜਾਬੀ ਆਉਂਦੀ ਆ ਸਰਦਾਰ ਹੁੰਦੇ ਆ ਵੀ ਅਗਲਾ ਕਮੈਂਟ ਹੈਗਾ ਜਸਪ੍ਰੀਤ ਸਿੰਘ ਦਾ ਕਹਿੰਦਾ ਵੀਰੇ ਸੁਪਰ ਬ੍ਰੋ ਲਵ ਯੂ ਮੈਂ ਕਿਹਾ ਥੈਂਕ ਯੂ ਵੀਰੇ ਬਹੁਤ ਬਹੁਤ ਤੈਨੂੰ ਜ਼ਿਆਦਾ ਲਵ ਯੂ ਬਾਈ ਦਾ ਨਾਂ ਹੀ ਬੜਾ ਯਾਰ ਉਹ ਆ ਜੀਜਾ ਜੀ ਬਾਈ ਦਾ ਜਿਹੜਾ ਹੈਗਾ ਉਹਦਾ ਨਾਂ ਹੈ ਅਤੇ ਕਹਿੰਦਾ ਲਵ ਯੂ ਗਿੱਲ ਬਾਈ ਸਾਲੇ ਕਈ ਬੰਦੇ ਤਾਂ
ਡੈਸ਼ ਬਣਾ ਕੇ ਡਿਸਅਪੁਆਇੰਟਡ ਕਰ ਦਿੰਦੇ ਆ। ਬਟ ਤੁਸੀਂ ਉਵੇਂ ਹੀ ਦੱਸਿਆ ਹੈ ਜਿਵੇਂ ਮੋਸਟਲੀ ਮੈਂ ਕੈਨੇਡੀਅਨ ਫਰੈਂਡਸ ਤੋਂ ਸੁਣਿਆ ਹੈ। ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਬਹੁਤ ਧੰਨਵਾਦ ਵੀਰੇ ਜੋ ਵੀ ਤੁਹਾਡਾ ਨਾਮ ਹੈ। ਅਤੇ ਬਸ ਆਪਾਂ ਸੱਚ ਹੀ ਦੱਸਣਾ, ਆਪਾਂ ਕੋਈ ਝੂਠ ਨਹੀਂ ਦੱਸਣਾ ਇਸ ਪੇਜ ਦੇ ਉੱਤੇ। ਸਰਦਾਰ ਭਾਈ ਸਰਦਾਰ ਹੁਣ ਮੁਹੰਮਦ ਮੁਹੰਮਦ ਦਾ ਵੀਰੇ ਦਾ ਕਮੈਂਟ ਹੈ। ਸਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਐਂਡ ਆਈ ਵਾਂਟ ਟੂ ਕਮ ਕੈਨੇਡਾ, ਇਨਬੋਕਸ ਸਮ ਡਿਟੇਲ ਵੀਰੇ ਕਰ ਦੂੰਗਾ, ਕੋਈ ਚੱਕਰ ਨਹੀਂ, ਮੈਨੂੰ ਈਮੇਲ ਸੈਂਡ ਕਰ ਦਿਓ ਆਦੀ। ਆਟੋਮੋਟਿਵ ਗਿਆਨ, ਓਕੇ ਬਾਈ, ਸਟੂਡੈਂਟ ਵੀਜ਼ੇ 'ਤੇ ਆਪਾਂ ਟਰੱਕ ਕਿੰਨੇ ਆਰ ਚਲਾ ਸਕਦੇ ਹਾਂ? ਬਾਈ ਸਟੂਡੈਂਟ ਵੀਜ਼ੇ 'ਤੇ ਆਪਾਂ ਟਰੱਕ ਚਲਾ ਸਕਦੇ ਹਾਂ, ਜਿਨ੍ਹਾਂ ਨੂੰ ਵਹਿਮ ਹੈ ਵੀ ਤੁਸੀਂ ਨਹੀਂ ਚਲਾ ਸਕਦੇ, ਤੁਸੀਂ ਜ਼ਰੂਰ ਚਲਾ ਸਕਦੇ ਹੋ 20 ਘੰਟੇ। ਅਤੇ ਅੱਗੇ ਹੈਗਾ ਐਡਵਰਡ ਦਾ ਕਮੈਂਟ, ਯੂ ਇੰਡੋ ਕੈਨੇਡੀਅਨਸ ਆਰ ਦਾ ਰੀਜ਼ਨ ਦੈਟ ਡਰਾਈਵਰ ਵੇਜਿਸ ਆਰ ਸੋ ਲੋ। ਓਕੇ, ਵੈਨ ਟਰੂਡੋ ਇਨ 70 ਸੈਡ ਵੀ ਹੈਵ ਅ ਡਰਾਈਵਰ ਸ਼ੋਰਟੇਜ, ਸੋ ਹੀ ਓਪਨ ਦਾ ਇਮੀਗ੍ਰੇਸ਼ਨ ਗੇਟਸ, ਦੈਨ ਯੂ ਸਟਾਰਟਡ ਟੂ ਫਲੱਡ ਇਨ ਟੂ ਕੈਨੇਡਾ ਐਂਡ ਸਟਾਰਟਡ ਆਫਰਿੰਗ ਯੂਅਰ ਸੈਲਫ ਫੋਰ ਲੋ ਵੇਜਿਸ, ਸੋ ਇਨ ਅ ਨਟਸ਼ੈਲ ਇਟਸ ਇੰਡੀਅਨ ਹੂ ਆਰ ਟੂ ਬਲੇਮ ਫੋਰ ਲੋ ਵੇਜਿਸ। ਆਪਾਂ ਨੈਕਸਟ ਮੂਵ ਆਉਣੀ ਹੋ ਜੀ, ਹੈ ਨਾ? ਇਹ ਵੀਰੇ ਨੂੰ ਮੇਰਾ ਇਹ ਰਿਪਲਾਈ ਹੈ ਵੀ ਵੀਰੇ ਇੰਡੀਅਨ ਹੀ ਆ ਜਿਹੜੇ ਤੁਹਾਡੀ ਟਰਾਂਸਪੋਰਟ ਲਈ ਫਿਰਦੇ ਆ। ਵਟ ਡਜ਼ ਫਲੈਟ ਬੈੱਡ ਮੀਨ? ਓਕੇ, ਫਲੈਟ ਬੈੱਡ ਕੀ ਆ? ਆ ਜਿਹੜਾ ਕੈਮਰਾ ਪਿਆ ਫਲੈਟ ਬੈੱਡ 'ਤੇ ਹੀ ਪਿਆ, ਤੁਹਾਨੂੰ ਵਿਖਾ ਦਿੰਦਾ ਫਲੈਟ ਬੈੱਡ ਕੀ ਆ ਵੀਰੇ। ਇਹਨੂੰ ਕਹਿੰਦੇ ਫਲੈਟ ਬੈੱਡ, ਇਹ ਟ੍ਰੇਲਰ ਹੀ ਆ ਦੇਖੋ। ਆਹ ਹੁੰਦਾ ਫਲੈਟ ਬੈੱਡ, ਆਹ ਥੱਲੇ ਇਹਦੇ ਲੈਂਡਿੰਗ ਗੇਅਰ। ਇਹਦੇ 'ਤੇ ਕੀ ਹੁੰਦਾ ਵੀ ਆਪਾਂ ਲੋਡ ਬੰਨਦੇ ਹਾਂ, ਆਹ ਪਟਿਆ ਨਾ ਬੰਨੀ ਦਾ, ਆਹ ਪਟੇ ਵਗਾ ਕੇ ਉੱਤੋਂ ਦੀ ਮਾਰੀ ਦੇ, ਆਹ ਪਟੇ ਵਗਾ ਕੇ ਉੱਤੋਂ ਦੀ ਮਾਰੀ ਦੇ। ਆਹ ਸੰਗਲਾਂ ਨਾਲ ਲੋਡ ਬੰਨਣਾ ਪੈਂਦਾ, ਸੰਗਲਾਂ ਨਾਲ, ਆਹ ਸੰਗਲ ਪਏ ਜਿਹੜੇ, ਆ ਸੰਗਲਾਂ ਨਾਲ ਲੋਡ ਬੰਨਣਾ ਪੈਂਦਾ। ਇਹਦੇ ਵਿੱਚ ਲੋਡ ਬੰਦੇ ਨੂੰ ਆਪ ਬੰਨਣਾ ਪੈਂਦਾ, ਜਿਹੜਾ ਬੰਦਾ ਇਹਦੇ ਵਿੱਚ ਲੋਡ ਆਪ ਬੰਨਦਾ ਉਹਦੇ ਹੀ ਪੈਸੇ ਆਪਾਂ ਨੂੰ ਵੱਧ ਮਿਲਦੇ ਆ। ਇਹ ਸਹੀ ਰਕਮ ਆ, ਮੈਂ ਕੋਈ ਝੂਠ ਨਹੀਂ ਬੋਲਿਆ। ਜਿਹੜਾ ਵੀ ਕੋਈ ਕਮੈਂਟ ਦੇ ਵਿੱਚ ਕਹਿ ਰਿਹਾ ਵੀ ਹਾਂ ਵੀ ਇੰਨੇ ਨਹੀਂ ਬਣਦੇ ਵੀਰੇ, ਪੈਸੇ ਬਣਦੇ ਆ ਨੇ, $20,000 ਜਿਹੜਾ ਫਲੈਟ ਬੈੱਡ ਵਾਲਾ ਡਰਾਈਵਰ ਆ ਉਹਨੂੰ ਬਣਦੇ ਆ, ਜਿਹੜਾ ਉਹ ਲੌਂਗ 'ਤੇ ਚੱਲਦਾ। ਲੋਕਲ ਨਹੀਂ ਮੈਨੂੰ ਪਤਾ ਵੀ ਕਿੰਨੇ ਬਣਦੇ, ਪਰ ਲੌਂਗ ਵਾਲੇ ਨੂੰ $20,000 ਜੇਬ 'ਚ ਪੈਂਦਾ। ਅਗਲਾ ਗਿਆ ਜਸਕਰਨ ਕੁਮਾਰ, ਬਾਈ ਮੈਂ ਕੈਨੇਡਾ ਕਿੱਦਾਂ ਆਵਾਂ? ਵੀਰੇ ਜਹਾਜ਼ 'ਚ ਹੀ ਆ ਸਕਦੇ ਹੋ, ਵੀਰੇ ਜਹਾਜ਼ 'ਚ ਹੀ ਆਓ, ਜਹਾਜ਼ ਤੋਂ ਇੰਡੀਆ ਤੋਂ ਟਿਕਟ ਮਿਲਦੀ ਆ, ਪਰ ਉਦੋਂ ਪਹਿਲਾਂ ਵੀਜ਼ਾ ਲਵਾਉਣਾ ਪੈਣਾ ਹੈ ਬਾਈ, ਵੀਜ਼ਾ ਲਵਾਉਣਾ। ਬਾਈ ਮੈਂ ਮਜ਼ਾਕ ਨਹੀਂ ਉਡਾ ਰਿਹਾ, ਸਿਰਫ ਜਸਟ ਫਨ ਆ, ਵੀਜ਼ਾ ਲਵਾ। ਇਹਦਾ ਨਾਂ ਵੀ ਜਸਕਰਨ ਹੈ, ਇਹਦੀ ਗੱਲ ਹੀ ਕਰ ਰਹੇ ਹਾਂ। ਇਹ ਨਹੀਂ ਕਮੈਂਟ ਕੀਤਾ, ਮੈਨੂੰ ਪਤਾ ਇਹਦਾ ਕੈਨੇਡਾ ਹੀ ਆ, ਤੂੰ ਤਾਂ ਕੈਨੇਡਾ ਹੀ ਆ, ਅਸੀਂ ਇਹਦੀ ਗੱਲ ਹੀ ਕਰ ਰਹੇ ਹਾਂ। ਸੁਖਵਿੰਦਰ ਸਿੰਘ, ਕਿਉਂ ਦਿਮਾਗ ਖਰਾਬ ਕਰਨ ਲੱਗੇ ਹੋ ਲੋਕਾਂ ਦਾ? ਵਾਧੂ ਪੈਸੇ ਵਾਧੂ ਪੈਸੇ, ਕੀ ਹੈ ਕੀ ਹੋਇਆ ਬਈ? ਯਾਰ ਕੋਈ ਮੈਂ ਦਿਮਾਗ ਖਰਾਬ ਨਹੀਂ ਕਰ ਰਿਹਾ ਲੋਕਾਂ ਦਾ, ਕਿਸੇ ਦਾ ਵੀ ਦਿਮਾਗ ਖਰਾਬ ਨਹੀਂ ਆ, ਸਾਰੇ ਸਿਆਣੇ ਆ। ਮੈਂ ਸਿਰਫ ਆਪਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਮੈਂ ਕੋਈ ਕੰਸਲਟੈਂਟ ਨਹੀਂ ਗਾ, ਅਤੇ ਵੀਰੇ ਮੈਂ ਕੋਈ ਦਿਮਾਗ ਖਰਾਬ ਨਹੀਂ ਕਰ ਰਿਹਾ। ਨਹੀਂ ਕਰ ਰਿਹਾ ਤਾਂ ਨਹੀਂ ਕਰ ਰਿਹਾ, ਨਹੀਂ ਕਰ ਰਿਹਾ ਤੇ ਨਹੀਂ ਕਰ ਰਿਹਾ, ਕੀ ਹੈ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ? ਸੁਖਰਾਜ ਸੇਖੋਂ ਸਬਸਕ੍ਰਾਈਬ ਹੀ ਕਰ, ਸਬਸਕ੍ਰਾਈਬ ਹੀ ਆ ਵੀਰੇ, ਇੱਕ ਵਾਰ ਹੁੰਦਾ ਨਹੀਂ ਤਾਂ ਹੁਣ ਨੂੰ ਨੰਬਰ ਆਪਾਂ 2 ਲੱਖ ਸਬਸਕ੍ਰਾਈਬਰ ਦੇ ਦਿੰਦੇ ਹਾਂ ਵੀਰੇ। ਸੇਖੋਂ ਸਾਹਿਬ, ਸੁਖਰਾਜ ਸੇਖੋਂ, ਤੈਨੂੰ ਲਵ ਯੂ ਆਇਆ। ਇੱਕ ਬਾਈ ਦਾ ਮੈਸੇਜ ਆਇਆ ਦੁਆਬੇ ਵਾਲੇ, ਕਹਿੰਦਾ ਬਈ ਰੈਂਬੋ ਦਾ ਕੀ ਵਾਲਾ? ਬਈ ਰੈਂਬੋ ਬਹੁਤ ਵਧੀਆ, ਅਤੇ ਮੇਰਾ ਜੀ ਤਾਂ ਕਰਦਾ ਯਾਰ ਰੈਂਬੋ ਨੂੰ ਇੱਥੇ ਲਿਆਵਾਂ, ਪਰ ਹਜੇ ਮੇਰੇ ਕੋਲ ਘਰ ਬਾਰ ਹੈ ਨਹੀਂ ਗਾ, ਅਤੇ ਰੱਬ ਸੌਖੇ ਰੱਖੇ ਜਦੋਂ ਘਰ ਬਾਰ ਲੈ ਲੈਣਾ ਆਪਾਂ ਰੈਂਬੋ ਨੂੰ ਇੱਥੇ ਲਿਆਉਣਾ, ਫਿਰ ਉਹ ਵਲੋਗ ਦਾ ਨਾਂ ਆਊਗਾ ਰੈਂਬੋ ਕਮਿੰਗ ਟੂ ਕੈਨੇਡਾ, ਰੈਂਬੋ ਦੇ ਐਨਕਾਂ ਉਣਕਾਂ ਲਵਾ ਦੇਣੀ ਆਪਾਂ, ਜ਼ਰੂਰ ਲੈ ਕੇ ਆਊਂਗਾ ਰੈਂਬੋ ਨੂੰ ਜੇ ਮੈਂ ਘਰ ਲੈ ਲਿਆ ਉਹਦਾ। ਆਪਾਂ ਹੁਣ ਟਰੱਕ ਸਟਾਰਟ ਕਰਦੇ ਹਾਂ, ਟਰੱਕ ਸਟਾਰਟ ਕਰਕੇ ਉਹਨੂੰ ਲੈ ਕੇ ਜਾਂਦੇ ਹਾਂ ਬਾਜ਼ਾਰ ਦੇ ਵਿੱਚ ਆਉਣੇ, ਫਿਰ ਉੱਥੇ ਜਾ ਕੇ ਮੈਂ ਤੁਹਾਨੂੰ ਟਰੱਕ ਦਾ ਇੰਟੀਰੀਅਰ ਵਿਖਾਉਣਾ ਵੀ ਟਰੱਕ ਕਿੱਦਾਂ ਅੰਦਰੋਂ। ਅਤੇ ਸੱਚ ਇੱਕ ਹੋਰ ਚੀਜ਼, ਮੈਨੂੰ ਸਾਰੇ ਕਹਿ ਰਹੇ ਸੀਗੇ ਵੀ ਵੀਡੀਓ 'ਤੇ ਕੱਟ ਬਹੁਤ ਹੁੰਦੇ ਆ, ਬਸ ਤੁਹਾਡੀ ਗੱਲ ਮੰਨ ਲਈ, ਅੱਗੇ ਤੋਂ ਕੱਟ ਨਹੀਂ ਕਰਦੇ ਆਪਾਂ ਵੀਡੀਓ, ਸਗੋਂ ਜਦੋਂ ਮੈਂ ਵੀਡੀਓ 'ਤੇ ਕੱਟ ਕਰਦਾ ਉਹ 'ਚ ਮੇਰੀ ਜ਼ਿਆਦਾ ਮਿਹਨਤ ਲੱਗਦੀ ਹੈ, ਪਰ ਹੁਣ ਮੈਂ ਕੱਟ ਘੱਟ ਰੱਖਿਆ ਕਰੂੰਗਾ ਤਾਂ ਕਿ ਤੁਹਾਨੂੰ ਗੱਲ ਸਮਝ ਆ ਜਾਇਆ ਕਰੇ। ਲੈ ਬਈ ਕਰ ਲਿਆ ਸਟਾਰਟ। ਓ ਜੀ ਟਰੱਕ ਹੋ ਗਿਆ ਸਟਾਰਟ ਆਪਣਾ। ਹਾਂਜੀ ਹੁਣ ਯਾਰਡ 'ਚ ਪਹੁੰਚਿਆ ਮੈਂ, ਆ ਟਰੱਕ ਮੈਂ ਇੱਥੇ ਲਿਆਂਦਾ, ਹੁਣ ਮੈਂ ਤੁਹਾਨੂੰ ਟਰੱਕ ਦਾ ਸਾਰਾ ਇੰਟੀਰੀਅਰ ਵਿਖਾਊਂਗਾ ਵੀ ਟਰੱਕ ਦੇ ਇੰਟੀਰੀਅਰ ਕਿਵੇਂ ਹੈ, ਕਿੱਦਾਂ ਦਾ, ਕੀ ਹਿਸਾਬ ਕਿਤਾਬ ਹੁੰਦਾ, ਸਾਰਾ ਟਰੱਕ ਦਾ ਇੰਟੀਰੀਅਰ ਵਿਖਾ ਦੂੰਗਾ। ਆਪਾਂ ਹੈਗੇ ਹੁਣ ਟਰੱਕ ਦੇ ਅੰਦਰ, ਡਰਾਈਵਿੰਗ ਸੀਟ, ਸੀਟ 'ਤੇ ਬੈਠੇ ਡਰਾਈਵਰ ਵਾਲੀ ਇੱਕ, ਨਾਲ ਪੈਸੰਜਰ ਸੀਟ। ਆ ਸਾਰੇ ਆਹ ਟਰੱਕ ਦੇ ਗੇਅਰਾਂ ਬਾਰੇ ਦੱਸਿਆ ਹੋਇਆ ਇੱਥੇ, ਆਪਣਾ GPS ਲੱਗਿਆ ਹੋਇਆ,
ਤੇ ਆ ਸਾਰੇ ਟਰੱਕ ਦੇ ਜਿਹੜੇ ਬਟਨ ਯੂਜ਼ ਕਰਦੇ ਆ ਉਹ ਆ, ਅਤੇ ਆ ਸਟੀਰੀਓ ਲੱਗਿਆ, ਆ ਮੈਂ ਪੈਨ ਵਗੈਰਾ ਰੱਖੇ ਹੋਏ ਆ, ਆ ਬ੍ਰੇਕਾਂ ਟਰੱਕ ਦੀਆਂ। ਤੁਹਾਨੂੰ ਪਿੱਛੋਂ ਹੋਣਾ ਟਰੱਕ ਜਿੱਥੇ ਅਸੀਂ ਸਲੀਪ ਕਰਦੇ ਹਾਂ ਸੌਂਦੇ ਹਾਂ ਵੀ ਕਿੱਡਾ ਕੁ ਵੱਡਾ ਹੁੰਦਾ। ਅਤੇ ਆ ਬੈੱਡ ਆ ਜੀ, ਅਤੇ ਇੱਕ ਜਣਾ ਇੱਥੇ ਸੌਂ ਸਕਦਾ, ਵੈਸੇ ਬਹੁਤ ਖੁੱਲ੍ਹਾ ਬੈੱਡ ਆ, ਵੈਸੇ ਬਹੁਤ ਖੁੱਲ੍ਹਾ ਬੈੱਡ ਆ, ਦੋ ਜਣੇ ਵੀ ਸੌਂ ਸਕਦੇ ਆ ਪਰ ਇੱਕ ਜਣਾ ਸੌਂ ਸਕਦਾ ਇੱਥੇ। ਅਤੇ ਆਹ ਹੁਣ ਦੂਜਾ ਬੈੱਡ ਆ, ਓਕੇ। ਅਤੇ ਆ ਇੱਕ ਜਣਾ ਥੱਲੇ ਸੌਂਦਾ, ਇੱਕ ਜਣਾ ਜੇ ਕੋਈ ਨਾਲ ਹੈਗਾ ਉੱਪਰ ਆ ਇੱਥੇ ਸੌਂ ਸਕਦਾ, ਇਹਨੂੰ ਇੱਥੋਂ ਹੀ ਆਏ ਚੱਕ ਕੇ ਅਤੇ ਇਹਨੂੰ ਆਪਾਂ ਐਂ ਲਾ ਦਿੰਦੇ ਹਾਂ। ਅਤੇ ਆ ਸਾਰੇ ਇੱਥੇ ਬਟਨ ਆ, ਇਹ ਥੋੜ੍ਹਾ ਜਿਹਾ ਪੁਰਾਣਾ ਟਰੱਕ ਆ ਸੋ ਇੰਨਾ ਅਪਡੇਟ ਨਹੀਂ ਗਾ, ਅਤੇ ਪਿੱਛੇ ਵੀ ਏ ਸੀ ਹੁੰਦਾ ਜੋ ਕਿ ਆ ਰਿਹਾ। ਅਤੇ ਜੇ ਤੁਸੀਂ ਬਾਹਰਲੀ ਹਵਾ ਲੈਣੀ ਆ ਆ ਜਿਹੜੇ ਹੈਗੇ ਇਹਨੂੰ ਕੱਢ ਦਿਉ ਅਤੇ ਬਾਹਰੋਂ ਹਵਾ ਆਊਗੀ ਆਪਾਂ ਨੂੰ, ਠੰਡੀ ਹਵਾ। ਹੁਣ ਇਹ ਟਰੱਕ ਨੂੰ ਅਪਡੇਟ ਤੁਸੀਂ ਕਰਨਾ ਵੀ ਕਿਵੇਂ, ਕਈਆਂ ਨੇ ਫਰਿੱਜ ਲਵਾਈ ਹੁੰਦੀ ਆ, ਕਈਆਂ ਟਰੱਕ 'ਚ ਫਰਿੱਜ ਨਹੀਂ ਹੁੰਦੀ, ਪਰ ਆਹ ਜਿਹੜਾ ਹੁਣ ਆਹ ਟਰੱਕ ਮੇਰੇ ਕੋਲ ਹੈਗਾ ਇਸ ਟਾਈਮ ਇਹਦੇ ਵਿੱਚ ਫਰਿੱਜ ਹੈਗੀ ਆ, ਅਤੇ ਆਹ ਫਰਿੱਜ ਰਹੀ ਇਹਦੀ, ਅਤੇ ਫਰਿੱਜ ਤਾਂ ਫਿਲਹਾਲ ਖਾਲੀ ਆ। ਅਤੇ ਆਪਾਂ ਦਰੀ ਜੀ ਵਿਛਾਈ ਆ, ਪਿੱਛੇ ਸ਼ੂ ਲੈ ਕੇ ਨਹੀਂ ਆਉਣੇ ਪਰ ਮੈਂ ਆ ਗਿਆ, ਹੁਣ ਮੈਂ ਸਾਫ਼ ਕਰੂੰਗਾ ਉਹ ਸ਼ੂ, ਆਪਾਂ ਉੱਥੇ ਰੱਖ ਦਿੰਦੇ ਹੁੰਦੇ। ਅਤੇ ਆਹ ਪਾਣੀ ਮੈਂ ਆਲਵੇਜ਼ ਆਪਦੇ ਨਾਲ ਰੱਖਦਾ, ਅਤੇ ਆਹ ਇੱਥੋਂ ਪਿੱਛੇ ਬੈਠਣ ਤੋਂ ਇੱਦਾਂ ਦਾ ਵਿਊ ਆਉਂਦਾ ਬਾਹਰ, ਅਤੇ ਚੈੱਕ ਕਰੋ ਵਿਊ ਕਿੱਡਾ ਵਧੀਆ। ਆਹ ਅਲਮਾਰੀ ਆ, ਇਹਦੇ ਵਿੱਚ ਆਪਾਂ ਕੱਪੜੇ ਵਗੈਰੇ ਰੱਖ ਸਕਦੇ ਹਾਂ, ਪਰ ਹੁਣ ਭਾਂਡੇ ਰੱਖੇ ਹੋਏ, ਇਹਦੇ 'ਚ ਚੁੱਲ੍ਹਾ ਰੱਖਿਆ ਹੋਇਆ, ਅਤੇ ਤੁਸੀਂ ਕੱਪੜੇ ਵੀ ਟੰਗਦੇ ਵਿੱਚ, ਆਹ ਟੰਗਣ ਵਾਸਤੇ ਹੁਣ ਲਾਈਟ ਨਹੀਂ ਹੈਗੀ ਪਰ ਇੱਥੇ ਕੱਪੜੇ ਟੰਗੇ ਜਾਂਦੇ ਸਾਰੇ। ਬਾਕੀ ਆਹ ਸੀਗਾ ਜੀ ਟਰੱਕ ਅੰਦਰੋਂ, ਅਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਮੇਰਾ ਮਿਸ਼ਨ ਹੈ 1 ਲੱਖ ਸਬਸਕ੍ਰਾਈਬਰ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ ਸਾਰਿਆਂ ਦਾ।